ਅਕਸਰ ਤੁਸੀਂ ਅਜਿਹੀਆਂ ਚੀਜ਼ਾਂ ਦੀ ਨਿਲਾਮੀ ਹੁੰਦੇ ਵੇਖੀਆਂ ਹੋਣਗੀਆਂ ਜੋ ਭਾਵੇਂ ਦਿਸਣ ਵਿੱਚ ਆਮ ਅਤੇ ਬੇਕਾਰ ਲੱਗਦੀਆਂ ਨੇ ਪਰ ਉਹਨਾਂ ਦੀ ਖਾਸੀਅਤ ਕਰਕੇ ਉਹਨਾਂ ਦੀ ਬੋਲੀ ਲੱਖਾਂ ਕਰੋੜਾਂ ਰੁਪਏ ਵਿੱਚ ਲਗਾਈ ਜਾਂਦੀ ਹੈ। ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਬੇਕਾਰ ਜਿਹੀਆਂ ਦਿਸਣ ਵਾਲੀਆਂ ਚੀਜ਼ਾਂ ਦੀ ਕੀਮਤ ਨੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਹਾਲ ਹੀ ਵਿੱਚ ਇੰਗਲੈਂਡ ਵਿੱਚ ਹੋਈ ਇੱਕ ਅਜਿਹੀ ਹੀ ਨਿਲਾਮੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ 285 ਸਾਲ ਪੁਰਾਣਾ ਸੁੱਕਾ ਨਿੰਬੂ 1 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਿੱਚ ਨਿਲਾਮ ਹੋਇਆ ਹੈ। ਲਗਭਗ 2 ਇੰਚ ਦਾ ਇਹ ਕਾਲਾ ਨਿੰਬੂ ਘਰ ਦੀ ਸਫਾਈ ਦੌਰਾਨ ਅਲਮਾਰੀ ਵਿੱਚ ਪਾਇਆ ਗਿਆ ਜਿਸ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਅਜਿਹੇ ਵਿੱਚ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਆਖਰ ਇਸ ਨਿੰਬੂ ਵਿੱਚ ਅਜਿਹਾ ਕੀ ਹੈ ਜਿਸ ਕਰਕੇ ਇਸ ਦੀ ਕੀਮਤ ਲੱਖਾਂ ਵਿੱਚ ਲਗਾਈ ਗਈ ਹੈ। ਇਹ ਬਹੁਤ ਚਰਚਿਤ ਨਿਲਾਮੀ ਇੰਗਲੈਂਡ ਦੇ ਨਿਲਾਮੀ ਘਰ ਵੱਲੋਂ ਕੀਤੀ ਗਈ ਹੈ। ਨਿਲਾਮੀਕਰਤਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਅਨੋਖਾ ਨਿੰਬੂ ਇੱਕ ਬੰਦੇ ਨੂੰ ਆਪਣੇ ਚਾਚੇ ਦੀ 19ਵੀਂ ਸਦੀ ਦੀ ਇੱਕ ਛੋਟੀ ਜਿਹੀ ਅਲਮਾਰੀ ਵਿੱਚੋਂ ਮਿਲਿਆ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਵਿਅਕਤੀ ਅਲਮਾਰੀ ਦੀ ਨਿਲਾਮੀ ਲਈ ਆਇਆ ਸੀ। ਉਸ ਨੂੰ ਲੱਗਾ ਕਿ ਇਹ ਕੀਮਤੀ ਹੋ ਸਕਦੀ ਹੈ। ਜਦੋਂ ਨਿਲਾਮੀਕਰਤਾ ਇਸ ਅਲਮਾਰੀ ਦੀਆਂ ਤਸਵੀਰਾਂ ਖਿੱਚ ਰਿਹਾ ਸੀ ਤਾਂ ਉਸਨੂੰ ਅਲਮਾਰੀ ਦੀ ਇੱਕ ਦਰਾਜ਼ ਵਿੱਚੋਂ 285 ਸਾਲ ਪੁਰਾਣਾ ਇੱਕ ਸੁੱਕਿਆ ਨਿੰਬੂ ਮਿਲਿਆ ਜੋ ਕਾਲਾ ਪੈ ਚੁੱਕਾ ਸੀ। ਉਸਨੇ ਅਲਮਾਰੀ ਨਾਲ ਨਿੰਬੂ ਨੂੰ ਵੀ ਨਿਲਾਮੀ ਲਈ ਰੱਖ ਦਿੱਤਾ। ਇਸ ਨਿੰਬੂ 'ਤੇ ਇੱਕ ਖਾਸ ਮੈਸੇਜ ਵੀ ਲਿਖਿਆ ਹੋਇਆ। ਇਸ ਨਿੰਬੂ ਦੇ ਛਿਲਕੇ 'ਤੇ ਮਿਸਟਰ ਪੀਲੂ ਫ੍ਰੈਂਚਨੀ ਵੱਲੋਂ 4 ਨਵੰਬਰ 1839 ਨੂੰ ਮਿਸ ਦੀ ਬੈਕਸਟਰ ਨੂੰ ਦਿੱਤਾ ਗਿਆ। ਲਿਖਿਆ ਹੈ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਰੋਮਾਂਟਿਕ ਤੋਹਫ਼ੇ ਵਜੋਂ ਭਾਰਤ ਤੋਂ ਇੰਗਲੈਂਡ ਲਿਜਾਇਆ ਗਿਆ ਸੀ। ਨਿਲਾਮੀਕਰਤਾ ਡੇਵਿਡ ਬ੍ਰੇਟੇਲ ਨੇ ਦੱਸਿਆ ਕਿ ਉਹਨਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਨਿੰਬੂ 4200-6300 ਰੁਪਏ ਵਿੱਚ ਵਿਕ ਸਕਦਾ ਹੈ ਪਰ ਇਸ ਦੀ ਨਿਲਾਮੀ 1400 ਪਾਊਂਡ ਯਾਨੀ 1.47 ਲੱਖ ਰੁਪਏ ਵਿੱਚ ਹੋਈ ਹੈ ਜਦਕਿ ਉਹ ਅਲਮਾਰੀ ਸਿਰਫ 32 ਪਾਊਂਡ ਵਿੱਚ ਵਿਕੀ ਹੈ। ਇਸ ਤੋਂ ਪਹਿਲਾਂ ਵੀ ਕਈ ਚੀਜ਼ਾਂ ਦੀ ਨਿਲਾਮੀ ਹੋ ਚੁੱਕੀ ਹੈ ਜਿਸ ਦੇ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ।